पिंड राणी बलारी नामवर विद्यक संस्था शाह हरबंस सिंह इंटरनेशनल पब्लिक स्कूल दियां दो दिन चलन वालियां सालाना खेडां दी आरंभता अज मिती 25 नवंबर 2022 नूं स्कूल दी खेड ग्राउंड विच शुरू हुई है। दस दईए कि इस विच जूनियर विंग तो इलावा वख वख चार हाउसा साहिबजादा अजीत सिंह जी हाउस, साहिबजादा जुझार सिंह जी हाउस, साहिबजादा जोरावर सिंह जी हाउस, साहिबजादा फतेह सिंह जी हाउस दरम्यान विद्यार्थियों के मुकाबले करवाए जाएंगे। इस दी जानकारी स्कूल के मैनेजिंग डायरैक्टर सरदार गुलविंदर सिंह संधु, एजुकेशनर डायरैक्टर मनदीप कौर संधु और प्रिंसीपल सरदार निरभै सिंह संधु वालों दसया गया। नवदीप कौर, प्रिंसीपल शाह हरबंस सिंह इंटरनेशनल पब्लिक स्कूल राणी वाला। जिमें कि तुसी सब जानते हो कि एक तंदुरुस्त दिमाग एक तंदुरुस्त शरीर दे विच वास करता है, इसलिए साढ़े शरीर का तंदुरुस्त होना बहुत जरूरी है। तो शरीर को तंदुरुस्त रखने के लिए कसरत खेडों का होना बहुत जरूरी है। जिमें बच्चे पढ़ाइया दे विच मल्ला मार के इनाम लेंदे ने, उसे तरह ही खेडा भी साडे जीवन का एक अनिखड़वा अंग हन। और खेडा दे विच सिर्फ खेडना ही नहीं हुंदा, खेडा साडनू बहुत होर भी कुछ सिखांदियां ने, जिमें कि डिसिपलिन होना, टीम वर्क, एक दूसरे दे नाल मिलके काम करना, सहयोग, अपने आप नू एक दूसरे दे नाल चल रल के चलना भी सिखांदियां ने। इसलिए इन्हां सारियां चीज़ां नू रिप्रजेंट करन वास्ते साडे स्कूल दे विच हर साल स्पोर्ट्स मीट करवाई जांदी है। और इस साल साडी 15वीं स्पोर्ट्स मीट चल रही है, जिदे विच साडे मुख मेहमान सरदार हरप्रीत सिंह देओल, जो कि अपने नाम किन्ने सारे वर्ल्ड रिकॉर्ड कर चुके ने, वो अंगूठियां दे उपर अपने पुशअप्स लगांदे ने। और उन्हां दे नाल हन सरदार निर्मल सिंह हुंदल, इंटरनेशनल कबड्डी कोच। ਇਹਨਾਂ ਦੋਵਾਂ ਦੀ ਪ੍ਰੈਜ਼ੈਂਸ ਸਾਡੇ ਵਿਦਿਆਰਥੀਆਂ ਨੂੰ ਬਹੁਤ ਹੌਸਲਾ ਅਫਜ਼ਾਈ ਕਰੇਗੀ। ਸਕੂਲ ਦੇ ਵਿੱਚ ਪਹੁੰਚੇ, ਇੱਥੇ ਸਪੋਰਟਸ ਗੇਮਾਂ ਹੋ ਰਹੀਆਂ, ਇਸ ਬਾਰੇ ਤੁਹਾਡਾ ਕੀ ਕਹਿਣਾ ਜੀ? ਮੈਨੂੰ ਬਹੁਤ ਵਧੀਆ ਲੱਗਿਆ ਜੀ, ਇੱਥੇ ਆ ਕੇ ਬਹੁਤ ਵਧੀਆ ਇੱਕ ਮਾਹੌਲ ਮੈਨੂੰ ਮਿਲਿਆ, ਜਿਹੜਾ ਕਿ ਇੱਕ ਸਪੋਰਟਸਮੈਨ ਨੂੰ ਚਾਹੀਦਾ ਹੁੰਦਾ, ਠੀਕ ਆ। ਉਹ ਚੀਜ਼ ਮੈਨੂੰ ਅੱਜ ਦੇਖ ਕੇ ਬਹੁਤ ਵਧੀਆ ਅਹਿਸਾਸ ਹੋਇਆ, ਬਹੁਤ ਵਧੀਆ ਮੈਂ ਮਹਿਸੂਸ ਕਰ ਰਿਹਾ। ਸਰ, ਹੋਰ ਵੀ ਸਕੂਲਾਂ ਨੂੰ ਇਸ ਤਰ੍ਹਾਂ ਪ੍ਰੇਰਣਾ ਚਾਹੀਦੀ ਕਿ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਪਾਉਣਾ ਚਾਹੀਦਾ? ਜਿਹੜਾ ਵੀ ਦੁਨੀਆ 'ਤੇ ਇਨਸਾਨ ਦੇ ਰੂਪ 'ਚ ਪੈਦਾ ਹੋਇਆ, ਉਹਨੂੰ ਫਿਟਨੈਸ ਬਹੁਤ ਜ਼ਰੂਰੀ ਆ, ਔਰ ਹਰੇਕ ਨੂੰ ਇਹਦੇ ਲਈ ਪ੍ਰੇਰਿਤ ਹੋਣਾ ਲਾਜ਼ਮੀ ਆ, ਅਵੇਅਰ ਹੋਣਾ ਲਾਜ਼ਮੀ ਆ, ਕਿਉਂਕਿ ਫਿਟਨੈਸ ਤਾਂ ਸਾਡੇ ਰੋਮ ਰੋਮ 'ਚ ਆ। ਸਰ, ਜਿਹੜੇ ਬੱਚਿਆਂ ਦੇ ਮਾਂ ਪਿਓ ਆਪਣੇ ਬੱਚਿਆਂ ਨੂੰ ਗੇਮਸ ਪ੍ਰਤੀ ਨਹੀਂ ਜਾਗਰੂਕ ਕਰ ਰਹੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਮੈਂ ਤਾਂ ਇਹੀ ਅਪੀਲ ਕਰੂੰਗਾ, ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ, ਕਿਉਂਕਿ ਉਹਨਾਂ 'ਚ ਐਨਰਜੀ ਬਹੁਤ ਹੁੰਦੀ ਆ, ਉਸ ਐਨਰਜੀ ਨੂੰ ਅਸੀਂ ਚੰਗੇ ਪਾਸੇ ਲਾਈਏ ਤਾਂ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਆਪਣੀ ਐਨਰਜੀ ਨੂੰ ਖੇਡਾਂ ਦੇ ਵਿੱਚ ਲਾਉਣ, ਤਾਂ ਕਿ ਨਸ਼ਿਆਂ ਤੋਂ ਵੀ ਬਚਣ। ਜੀਵਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਪਰ ਮੈਂ ਉੱਥੇ ਇੱਕ ਸੁਨੇਹਾ ਜ਼ਰੂਰ ਹਰੇਕ ਸਕੂਲ ਨੂੰ ਵੀ ਔਰ ਜਿਸ 'ਚ ਆਈ ਹਾਂ ਉਹਨਾਂ ਨੂੰ ਵੀ, ਕਿ ਤੁਸੀਂ ਸਪੋਰਟਸ ਪੀਰੀਅਡ ਜ਼ਰੂਰ ਰੱਖੋ ਹਰ ਕਲਾਸ ਦਾ। ਜਦੋਂ ਆਪਣੇ ਕੋਲ ਸਪੋਰਟਸ ਪੀਰੀਅਡ ਸਪੋਰਟਸ ਟੀਚਰ ਹੋਊਗਾ, ਤਾਂ ਆਪਾਂ ਰੈਗੂਲਰ ਉਹਨਾਂ ਨੂੰ ਉਹ ਪੀਰੀਅਡ ਦਿੱਤਾ ਜਾਵੇ ਔਰ ਉਹਨਾਂ ਨੂੰ ਖਿਡਾਇਆ ਜਾਵੇ। ਬੱਚੇ ਜਿਹੜੇ ਪ੍ਰੇਰਿਤ ਖੇਡਣ ਨਾਲ ਇੰਨੇ ਜ਼ਿਆਦਾ ਹੁੰਦੇ ਨੇ ਕਿ ਉਹ ਹਫ਼ਤੇ ਦੇ ਵਿੱਚ ਇਹ ਉਡੀਕਦੇ ਰਹਿੰਦੇ ਨੇ ਕਿ ਸਾਡੇ ਸਪੋਰਟਸ ਪੀਰੀਅਡ ਕਿੰਨੇ ਨੇ। ਮੋਸਟਲੀ ਸਕੂਲਾਂ ਦੇ ਵਿੱਚ ਕਈ ਵਾਰੀ ਮੈਨੂੰ ਦੇਖਣ ਸੁਣਨ ਨੂੰ ਮਿਲਦਾ ਕਿ ਉਹ ਪੀਰੀਅਡ ਤਾਂ ਜ਼ਰੂਰ ਰੱਖਦੇ ਨੇ ਸਪੋਰਟਸ ਦਾ, ਲੇਕਿਨ ਲਾਉਂਦਾ ਕੋਈ ਨਹੀਂ, ਵੀ ਖੇਡਾਂ ਦਾ ਹੀ ਆ ਜੀ, ਜਿਹਦਾ ਕੰਮ ਰਿਹਾ ਸਿਲੇਬਸ ਉਹ ਪੂਰਾ ਉਹਦੇ 'ਚ ਕਰਦਾ। ਲੇਕਿਨ ਮੈਂ ਕਹਿੰਦੀ ਇੰਨੀ ਸੀਰੀਅਸ ਹੋਣ ਦੀ ਲੋੜ ਹੈ, ਜਿੰਨਾ ਪੜ੍ਹਾਈ ਲਈ ਤੁਸੀਂ ਸੀਰੀਅਸ ਆ ਨਾ, ਉਸ ਤੋਂ ਕਿਤੇ ਜ਼ਿਆਦਾ ਇਸ ਗੱਲ ਲਈ ਸੀਰੀਅਸ ਹੋਣ ਦੀ ਲੋੜ ਆ ਕਿ ਹਰ ਮਤਲਬ ਕਲਾਸ ਨੂੰ ਸਪੋਰਟਸ ਪੀਰੀਅਡ ਜਿਹੜਾ ਮਿਲਣਾ ਬਹੁਤ ਹੀ ਜ਼ਰੂਰੀ ਆ। ਬੱਚੇ ਉਸ ਪੀਰੀਅਡ ਦੀ ਇੰਨੀ ਇੰਤਜ਼ਾਰ ਕਰਦੇ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਸਕੂਲ ਦੀ ਪ੍ਰੋਗਰੈਸ ਲਈ ਵੀ, ਬੱਚਿਆਂ ਦੇ ਮਾਨਸਿਕ ਸਰੀਰਕ ਡਿਵੈਲਪਮੈਂਟ ਲਈ ਵੀ, ਖੇਡਾਂ ਤੰਦਰੁਸਤੀ ਲਈ ਬਹੁਤ ਜ਼ਰੂਰੀ ਨੇ। ਦਿਸ਼ਾ ਅਪਡੇਟ ਲਈ ਚੋਲਾ ਸਾਹਿਬ ਤੋਂ ਭਗਤ ਸਿੰਘ ਸੰਧੂ ਦੀ ਰਿਪੋਰਟ।